ਦੋਸਤੋ ਅੱਜ ਗੱਲ ਕਰਦੇ ਹਾਂ ਨੋਟਾਂ ਬਾਰੇ ਭਰਮ ਭੁਲੇਖਿਆਂ ਦੀ। ਪੰਜਾਬ ਵਿੱਚ ਚੋਣਾਂ ਦੇ ਦਿਨ ਨੇੜੇ ਆ ਰਹੇ ਨੇ ਅਤੇ ਵੋਟਰ ਆਪਣੇ ਆਪਣੀ ਵੋਟ ਨੂੰ ਲੈ ਕੇ ਸੋਚਾਂ ਵਿੱਚ ਪਏ ਹੋਏ ਨੇ। ਵੈਸੇ ਸੋਚ ਉਹ ਹੀ ਰਹੇ ਨੇ ਜੋ ਤਬਦੀਲੀ ਚਾਹੁੰਦੇ ਨੇ, ਜਿਨ੍ਹਾਂ ਦੀਆਂ ਪਹਿਲਾਂ ਹੀ ਵੋਟਾਂ ਪੱਕੀਆਂ ਨੇ ਜਾਂ ਜਿਨ੍ਹਾਂ ਨੇ ਬੋਤਲ, ਰਾਸ਼ਨ ਅਤੇ ਨਸ਼ਾ ਪੱਤਾ ਲੈ ਕੇ ਵੋਟਾਂ ਪਾਉਣੀਆਂ ਨੇ, ਉਹਨਾਂ ਨੇ ਤਾਂ ਵੱਧ ਮੁੱਲ ਪਾਉਣ ਵਾਲੇ ਨਾਲ ਅੱਟਾ ਸੱਟਾ ਲਾ ਹੀ ਲੈਣਾ। ਉਂਝ ਪੰਜਾਬ ਸਮੇਤ ਭਾਰਤ ਵਿੱਚ ਬਹੁਤ ਘੱਟ ਲੋਕ ਆਪਣੀ ਨਿੱਜੀ ਰਾਏ ਨਾਲ ਵੋਟ ਪਾਉਂਦੇ ਨੇ। ਉਹ ਪਰਿਵਾਰ ਜਾਂ ਪਿੰਡ ਜਾਂ ਮੁਹੱਲੇ ਜਾਂ ਇਲਾਕੇ ਦੇ ਕਿਸੇ ਮੋਹਤਬਰ ਦੀ ਸਲਾਹ ਅਨੁਸਾਰ ਹੀ ਵੋਟ ਪਾਉਂਦੇ ਨੇ, ਕਿਉਂਕਿ ਉਸ ਮੋਹਤਬਰ ਉੱਤੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਭਰੋਸਾ ਹੁੰਦਾ। ਨਾਲੇ ਅੜੇ ਥੁੜੇ ਔਖੇ ਸੌਖੇ ਵੇਲੇ ਉਹਨਾਂ ਮੋਹਤਬਰਾਂ ਨੇ ਕੰਮ ਆਉਣਾ ਹੁੰਦਾ। ਉਂਝ ਵੀ ਵੋਟਾਂ ਦੇ ਮੌਸਮ ਵਿੱਚ ਮੋਹਤਬਰ ਵੋਟਰਾਂ ਦੀ ਚੰਗੀ ਸੇਵਾ ਕਰ ਦਿੰਦੇ ਨੇ। ਸੋ ਜਦੋਂ ਜਜਮਾਨ ਦੀ ਸੇਵਾ ਪੰਡਿਤ ਕਰਨ ਲੱਗ ਪੈਣ ਤਾਂ ਭਲਾ ਜਜਮਾਨ ਨੂੰ ਹੋਰ ਕੀ ਚਾਹੀਦਾ। ਸੋ ਆ ਨੋਟਾਂ ਵਾਲਾ ਰੌਲਾ ਉਹਨਾਂ ਲਈ ਨਹੀਂ ਹੈ। ਵੈਸੇ ਪਹਿਲਾਂ ਵੋਟ ਆਪਣੇ ਖਾਤੇ ਵਿੱਚ ਪਵਾਉਣ ਲਈ ਖਰੀਦੀ ਜਾਂਦੀ ਸੀ, ਪਿਛਲੇ ਕੁਝ ਸਮੇਂ ਤੋਂ ਵਿਰੋਧੀ ਦੀ ਵੋਟ ਕਟਵਾਉਣ ਲਈ ਖਰੀਦੀ ਜਾਂਦੀ ਹੈ। ਜ਼ਿਆਦਾ ਲੋਕਲ ਮੋਹਤਬਰਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਲੋਕਾਂ ਨੇ ਕਿਸ ਬੰਦੇ ਜਾਂ ਪਾਰਟੀ ਨੂੰ ਵੋਟ ਪਾਉਣੀ ਹੈ। ਸੋ ਉਸ ਦੀ ਵਿਰੋਧੀ ਧਿਰ ਪਹਿਲਾਂ ਹੀ ਆ ਕੇ ਉਹਨਾਂ ਦੀ ਵੋਟ ਖਰੀਦ ਲੈਂਦੀ ਹੈ ਅਤੇ ਪਹਿਲਾਂ ਹੀ ਤਾਕੀਦ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਵੋਟ ਪਾਉਣ ਜਾਣਾ ਹੀ ਨਹੀਂ। ਬੰਗਲੌਰ ਦੇ ਇੱਕ ਪੱਤਰਕਾਰ ਨੇ ਦੱਸਿਆ ਸੀ ਇਸ ਵਾਰ ਉਸ ਦੇ ਹਲਕੇ ਵਿੱਚ ਵੋਟ ਦਾ ਰੇਟ 2200 ਰੁਪਏ ਗਿਆ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡੇ ਹਲਕੇ 'ਚ ਵੀ 1100 ਤੋਂ 2200 ਰੁਪਏ ਦਾ ਰੇਟ ਸੁਣਿਆ ਗਿਆ ਸੀ। ਸੋ ਆਹ ਧਿਰ ਵੀ ਨੋਟਾਂ ਜਾਂ ਵੋਟਾਂ ਦੇ ਚੱਕਰ ਵਿੱਚ ਨਾ ਪੈ ਕੇ ਸਿੱਧੇ ਨਗਦ ਨੋਟਾਂ ਦੇ ਨਾਲ ਆਪਣਾ ਉੱਲੂ ਸਿੱਧਾ ਕਰ ਲੈਂਦੀ ਹੈ। ਪਿੱਛੇ ਬਚਦੇ ਹਨ 10 ਤੋਂ 15% ਉਹ ਲੋਕ ਜੋ ਤਬਦੀਲੀ ਚਾਹੁੰਦੇ ਨੇ। ਉਹ ਲੋਕ ਜਾਂ ਤਾਂ ਤੀਸਰੇ ਬਦਲ ਦੀ ਉਡੀਕ ਕਰਦੇ ਨੇ ਅਤੇ ਉਹਨਾਂ ਦਾ ਇੱਕ ਵੱਡਾ ਹਿੱਸਾ ਵੋਟ ਪਾਉਣ ਲਈ ਨਹੀਂ ਜਾਂਦਾ। ਪਰ 2013 ਤੋਂ ਨੋਟਾ ਆਇਆ ਹੈ, ਹੌਲੀ ਹੌਲੀ ਲੋਕ ਇਸ ਬਾਰੇ ਚਰਚਾ ਕਰਨ ਲੱਗ ਪਏ ਨੇ। ਨੋਟਾ ਵੋਟਾਂ ਵਾਲੀ ਮਸ਼ੀਨ ਵਿੱਚ ਸਭ ਤੋਂ ਹੇਠਾਂ ਲੱਗਿਆ ਇੱਕ ਬਟਨ ਹੁੰਦਾ ਹੈ, ਜਿਸ ਦਾ ਮਤਲਬ ਹੁੰਦਾ ਉੱਪਰ ਦੱਸੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਹੀਂ ਪਾਉਣੀ। ਜਦੋਂ ਨੋਟਾ ਆਇਆ ਸੀ ਤਾਂ ਇਸ ਨੂੰ ਵੱਡੇ ਚੋਣ ਸੁਧਾਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਸੀ, ਪਰ ਹੁਣ ਨੋਟਾਂ ਦੀ ਵੱਧਦੀ ਵਰਤੋਂ ਕਰਕੇ ਸਾਰੀਆਂ ਪਾਰਟੀਆਂ ਜਾਣ ਬੁੱਝ ਕੇ ਨੋਟਾਂ ਦੇ ਖਿਲਾਫ ਪ੍ਰਚਾਰ ਕਰਨ ਲੱਗ ਪਈਆਂ ਨੇ। ਸ਼ਾਇਦ ਤੁਹਾਨੂੰ ਜਾਣ ਕੇ ਹੈਰਾਨੀ ਹੋਵੇ ਕਿ 2013 ਅਤੇ 2017 ਤੱਕ ਹੋਈਆਂ 37 ਸੂਬਾ ਚੋਣਾਂ ਅਤੇ 1 ਲੋਕ ਸਭਾ ਚੋਣ ਵਿੱਚ ਨੋਟਾ ਲਾਗੂ ਕੀਤਾ ਗਿਆ। ਇਹਨੂੰ ਕੁੱਲ 1,33,00,000 ਵੋਟਾਂ ਪਈਆਂ। ਜਿਨ੍ਹਾਂ ਪਾਰਟੀ ਦੀਆਂ ਵੋਟਾਂ ਕੱਟੀਆਂ ਗਈਆਂ ਅਤੇ ਜਿਨ੍ਹਾਂ ਦੇ ਉਮੀਦਵਾਰ ਬਹੁਤ ਘੱਟ ਫਰਕ ਨਾਲ ਜਿੱਤੇ ਉਹਨਾਂ ਨੂੰ ਚਿੰਤਾ ਸਤਾਉਣ ਲੱਗ ਪਈ। ਅਸਲ ਵਿੱਚ ਗੱਲ ਇਹ ਹੈ ਕਿ ਨੋਟਾਂ ਨੂੰ ਗਈਆਂ ਵੋਟਾਂ ਦੇ ਅਸਰ ਚੋਣ ਨਤੀਜੇ ਉੱਤੇ ਤਾਂ ਨਹੀਂ ਪੈਂਦਾ, ਭਾਵੇਂ ਸਭ ਤੋਂ ਵੱਧ ਵੋਟਾਂ ਨੋਟਾਂ ਨੂੰ ਪੈ ਜਾਣ, ਫਿਰ ਵੀ ਚੋਣ ਵਿੱਚ ਖੜ੍ਹੇ ਉਮੀਦਵਾਰ ਵਿੱਚੋਂ ਜਿਸ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਹੋਣਗੀਆਂ ਉਹ ਜਿੱਤ ਜਾਵੇਗਾ। ਇਸ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਨੋਟਾਂ ਦਾ ਕੋਈ ਫਾਇਦਾ ਨਹੀਂ, ਪਰ ਅਸਲ ਵਿੱਚ ਪਾਰਟੀਆਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਉਹਨਾਂ ਦਾ ਜਿੱਤਿਆ ਹੋਇਆ ਉਮੀਦਵਾਰ ਵੀ ਹਾਰਿਆਂ ਵਰਗਾ ਹੀ ਹੁੰਦਾ। ਜਿਸ ਹਲਕੇ ਦੀ 1,00,000 ਵੋਟ ਹੋਵੇ ਉਸ ਦੇ ਜਿੱਤ ਉਮੀਦਵਾਰ ਨੂੰ ਮਸਾਂ 25-30 ਹਜ਼ਾਰ ਵੋਟ ਪਈ ਹੋਵੇ ਅਤੇ ਉਹ ਜਿੱਤਿਆ ਵੀ ਕੁਝ ਵੋਟਾਂ ਤੋਂ ਹੋਵੇ, ਜਿੱਤ ਦੀ ਖੁਸ਼ੀ ਘੱਟ ਅਤੇ ਉਸਦਾ ਖੁਰਦਾ ਆਧਾਰ ਨਮੋਸ਼ੀ ਦਾ ਕਾਰਨ ਜ਼ਿਆਦਾ ਹੁੰਦਾ। ਹੌਲੀ ਹੌਲੀ ਪਾਰਟੀ ਉੱਤੇ ਉਮੀਦਵਾਰ ਬਦਲਣ ਦਾ ਦਬਾਅ ਵੱਧਦਾ। ਤੁਹਾਨੂੰ ਇਹ ਵੀ ਦੱਸ ਦਈਏ ਕਿ ਨੋਟਾਂ ਅਤੇ EVM ਆਉਣ ਤੋਂ ਪਹਿਲਾਂ ਵੀ ਮਾਈਨਸ ਵੋਟ ਹੁੰਦੀ ਸੀ। ਮਾਈਨਸ ਵੋਟ ਪਾਉਣ ਲਈ ਵੋਟਰ ਨੂੰ ਬੂਥ ਦੇ ਚੋਣ ਅਧਿਕਾਰੀ ਨੂੰ ਮਿਲ ਕੇ ਇੱਕ ਵੱਖਰੀ ਵੋਟ ਪਰਚੀ ਲੈਣੀ ਪੈਂਦੀ ਸੀ, ਜਿਸ ਉੱਤੇ ਉਹ ਲਿਖਦਾ ਸੀ ਕਿ ਉਹ ਮਾਈਨਸ ਵੋਟ ਪਾਉਣੀ ਚਾਹੁੰਦਾ। ਉਸਦਾ ਡੱਬਾ ਵੀ ਵੱਖਰਾ ਹੁੰਦਾ ਸੀ, ਨਾਲੇ ਮਾਈਨਸ ਵੋਟ ਪਾਉਣ ਵਾਲੇ ਨੂੰ ਇੱਕ ਰਜਿਸਟਰ ਵਿੱਚ ਆਪਣਾ ਨਾਮ ਅਤੇ ਕਾਰਨ ਲਿਖ ਕੇ ਘੁੱਗੀ ਵੀ ਮਾਰਨੀ ਪੈਂਦੀ ਸੀ। ਇਸ ਤਰ੍ਹਾਂ ਉਸ ਬੰਦੇ ਦੀ ਪਛਾਣ ਗੁਪਤ ਨਹੀਂ ਰਹਿੰਦੀ ਸੀ। ਇਸ ਕਰਕੇ ਜ਼ਿਆਦਾ ਲੋਕ ਮਾਈਨਸ ਵੋਟ ਨਹੀਂ ਪਾਉਂਦੇ ਸੀ, ਬਲਕਿ ਵੋਟ ਪਾਉਣ ਹੀ ਨਹੀਂ ਜਾਂਦੇ। ਇਸ ਕਰਕੇ ਪਤਾ ਨਹੀਂ ਲੱਗਦਾ ਸੀ ਕਿ ਕਿੰਨੇ ਲੋਕ ਚੋਣ ਲੜ ਰਹੇ ਉਮੀਦਵਾਰ ਦੇ ਹੱਕ ਵਿੱਚ ਨਹੀਂ ਹਨ। ਨੋਟਾਂ ਆਉਣ ਨਾਲ ਇਹ ਫਾਇਦਾ ਹੋਇਆ ਕਿ ਆਪਣੀ ਪਛਾਣ ਬਿਨਾਂ ਦੱਸੇ ਤੁਸੀਂ ਸਾਰੇ ਉਮੀਦਵਾਰਾਂ ਨੂੰ ਰੱਦ ਕਰ ਸਕਦੇ ਹੋ। ਦੇਖੋ, ਜਿੱਤਣਾ ਤਾਂ ਫਿਰ ਵੀ ਕਿਸੇ ਨੇ ਹੈ, ਪਰ ਜਦੋਂ ਤੁਹਾਨੂੰ ਇਹ ਕਿਹਾ ਜਾਂਦਾ ਕਿ ਘੱਟ ਮਾੜੇ ਉਮੀਦਵਾਰ ਨੂੰ ਵੋਟ ਪਾ ਦਿਓ, ਨੋਟਾਂ ਦਾ ਕੋਈ ਫਾਇਦਾ ਨਹੀਂ, ਤਾਂ ਅਸਲ ਵਿੱਚ ਇਸ ਦਾ ਫਾਇਦਾ ਵੀ
ਉਮੀਦਵਾਰ ਜਾਂ ਪਾਰਟੀ ਨੂੰ ਹੁੰਦਾ, ਵੋਟਰ ਨੂੰ ਨਹੀਂ। ਨਾਲੇ ਵੋਟਰ ਆਪਣੀ ਮਰਜ਼ੀ ਦੇ ਵੀ ਵੋਟ ਨਹੀਂ ਪਾਉਂਦਾ, ਬਲਕਿ ਮਜਬੂਰੀ ਦੀ ਵੋਟ ਪਾਉਂਦਾ ਅਤੇ ਘੱਟ ਮਾੜੀ ਧਿਰ ਨੂੰ ਜਿਤਾਉਣ ਦਾ ਪਾਪ ਵੀ ਆਪਣੇ ਸਿਰ 'ਤੇ ਲੈ ਲੈਂਦਾ। ਸੰਵਿਧਾਨਕ ਤੌਰ 'ਤੇ ਨੋਟਾ ਵੋਟ ਨਾ ਹੋ ਕੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਪ੍ਰਤੀਕ ਹੈ। ਨੋਟਾ ਦਾ ਬਟਨ ਨੱਪ ਕੇ ਤੁਸੀਂ ਆਪਣਾ ਵਿਚਾਰ ਦਰਜ ਕਰਵਾ ਰਹੇ ਹੋ ਕਿ ਸਾਨੂੰ ਇਹ ਉਮੀਦਵਾਰ ਨਹੀਂ ਚਾਹੀਦੇ। ਇਸ ਦੇ ਬਾਵਜੂਦ ਕੋਈ ਜਿੱਤ ਰਿਹਾ ਹੈ ਤਾਂ ਉਹ ਉਹਨਾਂ ਲੋਕਾਂ ਅਤੇ ਸਿਸਟਮ ਕਰਕੇ ਜਿੱਤ ਰਿਹਾ ਹੈ ਜੋ ਅਜਿਹੇ ਉਮੀਦਵਾਰ ਲਿਆਉਣਾ ਚਾਹੁੰਦੇ ਨੇ। ਇਸੇ ਤਰ੍ਹਾਂ ਜਿਵੇਂ ਜਿਵੇਂ ਨੋਟਾਂ ਦੀ ਗਿਣਤੀ ਵਧੇਗੀ ਅਤੇ ਇਸਦਾ ਰਿਕਾਰਡ ਦਰਜ ਹੁੰਦਾ ਜਾਵੇਗਾ ਤਾਂ ਪਾਰਟੀਆਂ ਅਤੇ ਉਹਨਾਂ ਦੇ ਕੱਟੜ ਵੋਟਰਾਂ ਉੱਤੇ ਵੀ ਦਬਾਅ ਵਧੇਗਾ, ਚੰਗਾ ਉਮੀਦਵਾਰ ਖੜ੍ਹੇ ਕਰਨੇ ਪੈਣਗੇ। ਨੋਟਾ ਵੋਟਾਂ ਦੀ ਗਿਣਤੀ ਦੇ ਆਧਾਰ ਉੱਤੇ ਹੀ ਚੋਣ ਸੁਧਾਰ ਲਈ ਕੰਮ ਕਰ ਰਹੀਆਂ ਸੰਸਥਾਵਾਂ ਸੁਪਰੀਮ ਕੋਰਟ ਅਤੇ ਸੰਸਦ ਉੱਤੇ ਦਬਾਅ ਪਾ ਕੇ ਨੋਟਾਂ ਨੂੰ ਗਿਣਤੀ ਵਿੱਚ ਸ਼ਾਮਲ ਕਰਵਾਉਣ ਅਤੇ ਕੰਮ ਨਾ ਕਰਨ ਵਾਲੇ ਲੀਡਰਾਂ ਨੂੰ ਵਾਪਸ ਬੁਲਾਉਣ ਵਰਗੇ ਚੋਣ ਸੁਧਾਰ ਪਾਸ ਹੋਰ ਮਜ਼ਬੂਤ ਬਣਾਉਣ ਲਈ ਵੱਧ ਤੋਂ ਵੱਧ ਲੋਕਾਂ ਦਾ ਵੋਟ ਪਾਉਣਾ ਵੀ ਲਾਜ਼ਮੀ ਹੈ। ਇਸ ਵਾਸਤੇ ਵੋਟ ਕੰਪਲਸਰੀ ਕਰਨ ਦਾ ਕਾਨੂੰਨ ਬਾਰੇ ਵੀ ਵਿਚਾਰ ਚੱਲ ਰਹੀ ਹੈ। ਇਸੇ ਤਰ੍ਹਾਂ ਜਦੋਂ ਵੱਧ ਤੋਂ ਵੱਧ ਨੋਟਾਂ ਨੂੰ ਵੋਟਾਂ ਪੈਣਗੀਆਂ ਤਾਂ ਦਬਾਅ ਵੀ ਵੱਧਦਾ ਜਾਏਗਾ। ਇਸ ਵੇਲੇ ਖੜੋਤ ਵਿੱਚ ਆ ਚੁੱਕੇ ਚੋਣ ਢਾਂਚੇ ਵਿੱਚ ਸੁਧਾਰ ਲਈ ਇਹ ਬਹੁਤ ਵੱਡੀ ਭੂਮਿਕਾ ਨਿਭਾ ਸਕਦਾ ਹੈ। ਦੇਖੋ, ਨੋਟਾ ਨਾ ਵੀ ਹੋਵੇ ਤਾਂ ਵੀ ਮਾੜੇ ਉਮੀਦਵਾਰ ਨੇ ਚੁਣੇ ਤਾਂ ਜਾਣਾ ਹੀ ਹੈ, ਪਰ ਨੋਟਾ ਹੈ ਤਾਂ ਤੁਸੀਂ ਉਸ ਨੂੰ ਚੁਣਨ ਵਿੱਚ ਹਿੱਸੇਦਾਰੀ ਪਾਉਣ ਤੋਂ ਬਚ ਸਕਦੇ ਹੋ। ਅਜਿਹੇ ਉਮੀਦਵਾਰਾਂ ਨੂੰ ਵੋਟਾਂ ਨਾ ਪਾ ਕੇ ਉਸ ਨੂੰ ਸ਼ਰਮਸਾਰ ਕਰ ਸਕਦੇ ਹੋ ਅਤੇ ਮਾਣ ਨਾਲ ਆਪਣਾ ਸਿਰ ਉੱਚਾ ਚੱਕ ਸਕਦੇ ਹੋ। ਸੁਧਾਰ ਲਈ ਇੰਨਾ ਕੁਰਬਾਨੀ ਤਾਂ ਕਰਨੀ ਪੈਂਦੀ ਹੈ, ਕਿਉਂਕਿ ਸੁਧਾਰ ਦਿਨਾਂ ਵਿੱਚ ਨਹੀਂ, ਸਾਲਾਂ ਅਤੇ ਕਈ ਵਾਰ ਸਦੀਆਂ 'ਚ ਹੁੰਦੇ ਨੇ। ਸੋ ਜੇ ਤੁਸੀਂ ਦਿਲੋਂ ਹੀ ਕਿਸੇ ਉਮੀਦਵਾਰ ਨੂੰ ਵੋਟ ਪਾਉਣੀ ਚਾਹੁੰਦੇ ਹੋ ਤਾਂ ਉਸਨੂੰ ਜ਼ਰੂਰ ਪਾਓ, ਪਰ ਜੇ ਮਜਬੂਰੀ ਵਿੱਚ ਵੋਟ ਪਾ ਰਹੇ ਹੋ ਤਾਂ ਨੋਟਾਂ ਨੂੰ ਪਾਓ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਜੇ ਤੁਸੀਂ ਇਹ ਸਾਡਾ ਯੂਟਿਊਬ 'ਤੇ ਸੁਣ ਰਹੇ ਹੋ ਤਾਂ ਸਾਨੂੰ ਸਬਸਕ੍ਰਾਈਬ ਕਰ ਲਓ, ਬੈਲ ਵਾਲਾ ਆਇਕਨ ਦਬਾਉਣਾ ਨਾ ਭੁੱਲਣਾ ਅਤੇ ਸਾਡੇ ਨਾਲ ਜੁੜੇ ਰਹੋ।